ਕਿ ਬੁਲਟ ਦੇ ਕੋਲ ਖੜ੍ਹਾ, ਬੇਸ਼ੱਕ ਇਹ ਮੋਟਰਸਾਈਕਲ ਕੱਚਾ ਲੱਗਦਾ ਹੋਵੇਗਾ ਤੁਹਾਨੂੰ, 1970 ਦੇ ਵਿੱਚ ਰਾਜਦੂਤ ਕੰਪਨੀ ਵੱਲੋਂ ਇਹ ਮਾਡਲ ਤਿਆਰ ਕੀਤਾ ਗਿਆ ਸੀ ਅਤੇ ਇਸਦੇ ਸਿਰਫ 11 ਮੋਟਰਸਾਈਕਲ ਦੇਸ਼ ਦੇ ਵਿੱਚ ਵੇਚੇ ਗਏ ਸੀ। ਗੱਲ ਕਰਾਂ ਬਟਾਲਾ ਦੇ ਨੌਜਵਾਨਾਂ ਦੀ, ਤਾਂ ਉਹਨਾਂ ਨੇ ਆਪਣੇ ਪਿਤਾ ਦੀ ਇਸ ਨਿਸ਼ਾਨੀ ਨੂੰ ਅਜੇ ਵੀ ਸੰਭਾਲ ਕੇ ਰੱਖਿਆ ਹੋਇਆ ਹੈ। ਉਹਨਾਂ ਦੇ ਪਿਤਾ ਵੱਲੋਂ ਇਹ ਇਸਤੇਮਾਲ ਕੀਤਾ ਜਾਂਦਾ ਸੀ। ਇਹਨਾਂ ਬੱਚਿਆਂ ਨੇ ਆਪਣੇ ਇਸ ਪਿਤਾ ਦੀ ਨਿਸ਼ਾਨੀ ਮੋਟਰਸਾਈਕਲ ਨੂੰ ਅਜੇ ਵੀ ਸੰਭਾਲਿਆ ਹੋਇਆ ਹੈ। ਇੱਕ ਫਿਲਮ ਆਈ ਸੀ, ਹਿੰਦੀ ਫਿਲਮ, ਉਸ ਤੋਂ ਬਾਅਦ ਜਦੋਂ ਫਿਲਮ ਦੇ ਵਿੱਚ ਮੋਟਰਸਾਈਕਲ ਨੂੰ ਸਾਡੇ ਫਾਦਰ ਸਾਹਿਬ ਨੇ ਦੇਖਿਆ, ਉਸ ਤੋਂ ਬਾਅਦ ਉਹਨਾਂ ਨੂੰ ਵੀ ਹੈਗਾ ਸੀ ਕਿ ਹਾਂ ਆਪਾਂ ਇਹਦੇ ਨਾਲ ਦਾ ਜਿਹੜਾ ਮੋਟਰਸਾਈਕਲ ਹੈਗਾ ਵਾ ਆਪਾਂ ਲਿਆਉਣਾ ਮੈਂ, ਅਤੇ ਚਲੋ ਸਾਡੇ ਬਸ ਤੋਂ ਪਹਿਲੇ ਮੋਟਰਸਾਈਕਲ ਉਹ ਲੈ ਕੇ ਆਏ। ਠੀਕ ਹੈ, ਇਸੀ ਮੋਟਰਸਾਈਕਲ 'ਤੇ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ, ਮੇਰੇ ਫਾਦਰ ਸਾਹਿਬ ਨੂੰ ਗੌਰਮੈਂਟ ਜੋਬ ਕਰਦੇ ਸੀ, 2 ਸਵਾਰੀ ਉਹ ਚੱਲਦੇ ਰਹੇ ਨੇ ਉਹਨਾਂ ਦੇ ਨਾਲ ਗਨਮੈਨ, ਤਾਂ ਉਹ ਆਪ ਚੱਲਦੇ ਰਹੇ ਨੇ, ਇਸੀ ਮੋਟਰਸਾਈਕਲ 'ਤੇ ਨਿਕਲਦੇ ਰਹੇ ਨੇ, ਡਿਊਟੀ ਜਾਂਦੇ ਰਹੇ ਨੇ ਅਤੇ ਡਿਊਟੀ ਤੋਂ ਘਰ ਵਾਪਸ ਆਉਂਦੇ ਰਹੇ ਨੇ। ਇੰਨੀਆਂ ਗੱਡੀਆਂ ਹੋਣ ਦੇ ਬਾਵਜੂਦ ਸਭ ਤੋਂ ਪਸੰਦ ਉਹਨਾਂ ਦਾ ਇਹਨਾਂ ਦਾ ਹੀ ਹੈਗਾ ਸੀ, ਔਰ ਇਹ ਮੋਟਰਸਾਈਕਲ 'ਤੇ ਬਹੁਤ ਜ਼ਿਆਦਾ ਭਰੋਸਾ ਕਰਦੇ ਸੀ। ਕਦੀ ਇਹ ਮੋਟਰਸਾਈਕਲ ਰਾਹ ਦੇ ਵਿੱਚ ਖਰਾਬ ਤੱਕ ਨਹੀਂ ਹੋਇਆ। ਠੀਕ ਹੈ, ਜਿੱਦਾਂ ਯਾਨੀ ਕਿ ਘਰੋਂ ਜਾਂਦੇ ਸੀ ਉੱਦਾਂ ਹੀ ਇਹ ਮੋਟਰਸਾਈਕਲ, ਕਦੀ ਮੰਨ ਲਓ ਕਿ ਰਾਹ ਦੇ ਵਿੱਚ ਮੋਟਰਸਾਈਕਲ ਖਰਾਬ ਹੋਣ ਦਾ ਮਤਲਬ ਹੀ ਨਹੀਂ ਹੋਇਆ। ਸਾਨੂੰ ਇਸ ਮੋਟਰਸਾਈਕਲ ਨਾਲ ਇਸ ਕਰਕੇ ਲਗਾਵ ਹੈ ਕਿ ਇਹ ਸਾਡੇ ਫਾਦਰ ਸਾਹਿਬ ਆਪ ਚਲਾ ਕੇ ਸਾਰੀ ਜ਼ਿੰਦਗੀ ਇਹਨਾਂ ਨੇ ਯਾਨੀ ਕਿ ਇਹੋ ਮੋਟਰਸਾਈਕਲ 'ਤੇ ਨੌਕਰੀ ਕਰਕੇ ਮਤਲਬ ਰਿਟਾਇਰਮੈਂਟ ਲਈ ਆ। ਜਦੋਂ ਆਪਾਂ 10 ਮਿੰਟ ਵਾਸਤੇ ਬਾਜ਼ਾਰ ਜਾਂਦੇ ਹਾਂ ਤਾਂ ਅੱਧਾ ਘੰਟਾ, ਪੌਣਾ ਘੰਟਾ, 1 ਘੰਟਾ ਲੱਗ ਜਾਂਦਾ ਘਰ ਵਾਪਸ ਆਉਣ 'ਤੇ। ਕਿਉਂ ਲੱਗ ਜਾਂਦਾ ਕਿ ਲੋਕ ਕਹਿੰਦੇ ਕਿ ਹਾਂ ਆਪਣੇ ਫੋਟੋ ਕਰਾ ਲਈਏ ਭਾਅ ਜੀ, ਇੱਕ ਧੂੜਾ ਲੈ ਲਈਏ, ਇੱਕ ਆਪਾਂ ਕਹਿੰਦੇ ਲੈ ਲਓ ਜੀ। ਠੀਕ ਹੈ, ਤਾਂ ਕਰਕੇ ਫਿਰ ਟਾਈਮ ਲੱਗ ਜਾਂਦਾ ਵਾ। ਕਿ ਫਾਦਰ ਸਾਹਿਬ ਨੇ ਉਸ ਸਮੇਂ ਦੇ ਵਿੱਚ ਆਪਣੀ ਮਿਹਨਤ ਨਾਲ ਇਹਨੂੰ ਖਰੀਦਿਆ ਸੀਗਾ, ਔਰ ਅੱਜ ਵੀ ਦੇਖੋ ਕਿ ਉੱਦਾਂ ਹੀ ਆ। ਟੋਲ ਪਲਾਜ਼ੇ 'ਤੇ ਉਹਨਾਂ ਨੇ ਮੈਨੂੰ ਖਿਲਾਰ ਲਿਆ, ਔਰ ਮੈਂ ਕੋਈ ਅਰਜੈਂਟ ਕੰਮ ਦੇ ਵਿੱਚ ਜਾਣਾ ਸੀਗਾ ਅਤੇ ਮੇਰਾ ਦੂਸਰਾ ਮੋਟਰਸਾਈਕਲ ਨਾ ਪੈਂਚਰ ਹੋ ਗਿਆ ਸੀ, ਅਤੇ ਮੈਂ ਸੋਚਿਆ ਕਿ ਇਹੀ ਮੋਟਰਸਾਈਕਲ ਲੈ ਜਾਣਾ ਹੈ, ਔਰ ਉੱਥੇ ਵੇਖ ਕੇ ਤਾਂ 1 ਘੰਟਾ ਤੱਕ ਉਹਨਾਂ ਨੇ ਜਾਣ ਨਹੀਂ ਦਿੱਤਾ ਮੈਨੂੰ। ਮੈਂ ਉਹਨਾਂ ਨੂੰ ਰਿਕੁਐਸਟ ਵੀ ਕੀਤਾ ਕਿ ਮੈਂ ਜਾਣਾ, ਉਹ ਕਹਿੰਦੇ ਖੜ ਜਾਓ ਭਾਅ ਜੀ, ਫੋਟੋਆਂ ਖਿਚਾ ਲੈਂਦੋ, ਫੋਟੋਆਂ ਖਿਚਾ ਲੈਂਦੋ। ਉਹ ਫੋਟੋਆਂ ਦੇ ਚੱਕਰ ਦੇ ਵਿੱਚ ਮੇਰਾ ਮੀਟਿੰਗ ਕੈਂਸਲ ਹੋ ਗਿਆ, ਇਹੋ ਜਿਹਾ ਕੰਡੀਸ਼ਨ ਹੋ ਜਾਂਦਾ, ਇਸੇ ਕਰਕੇ ਇਹਨੂੰ ਘੱਟ ਵੱਧ ਬਾਹਰ ਕੱਢਦੇ ਹਾਂ। ਦੋ ਵਹੀਕਲਾਂ ਦੀ ਸਵਾਰੀ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਬੁਲਟ ਨੂੰ ਪੰਜਾਬ ਦੇ ਵਿੱਚ ਅਹਿਮੀਅਤ ਦਿੱਤੀ ਜਾਂਦੀ ਹੈ। ਬੁਲਟ ਮੋਟਰਸਾਈਕਲ ਇਸ ਵੇਲੇ ਪੰਜਾਬ ਦੇ ਵਿੱਚ ਹਰ ਇੱਕ ਨੌਜਵਾਨ ਦੀ ਪਸੰਦ ਬਣਿਆ ਹੋਇਆ, ਪਰ ਜੇ ਮੈਂ ਇਹਦੇ ਨਾਲ ਨਾਲ ਇੱਕ ਹੋਰ ਮੋਟਰਸਾਈਕਲ ਦੀ ਗੱਲ ਕਰਾਂ ਤਾਂ ਉਹ ਮੋਟਰਸਾਈਕਲ ਵੀ 1970 ਦੇ ਵਿੱਚ ਕੰਪਨੀ ਵੱਲੋਂ ਬਣਾਇਆ ਗਿਆ ਸੀ। 11 ਮਾਡਲ ਸਿਰਫ ਉਸ ਕੰਪਨੀ ਵੱਲੋਂ ਤਿਆਰ ਕੀਤੇ ਗਏ। ਉਹ ਮੋਟਰਸਾਈਕਲ ਵੀ ਤੁਹਾਨੂੰ ਦਿਖਾਵਾਂਗੇ, ਪਰ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦਿਖਾ ਦਿਆਂ ਬੁਲਟ ਦੀਆਂ ਤਸਵੀਰਾਂ, ਜਿਹੜਾ ਕਿ ਇਸ ਵੇਲੇ ਪੰਜਾਬ ਦੇ ਵਿੱਚ ਨੌਜਵਾਨਾਂ ਦੀ ਪਹਿਲੀ ਪਸੰਦ ਬਣਿਆ ਹੋਇਆ। ਇਹ ਬੁਲਟ ਮੋਟਰਸਾਈਕਲ, ਜਿਸ ਨੂੰ ਮੋਟਰਸਾਈਕਲਾਂ ਦੀ ਜਾਨ ਕਿਹਾ ਜਾਂਦਾ ਹੈ, ਹਰ ਇੱਕ ਨੌਜਵਾਨ ਦੀ ਪਸੰਦ ਹੈ, ਪਰ ਜਿਸ ਮੋਟਰਸਾਈਕਲ ਦੀ ਮੈਂ ਗੱਲ ਕਰ ਰਿਹਾ ਹਾਂ ਉਹ ਹੈ ਰਾਜਦੂਤ ਕੰਪਨੀ ਦਾ ਇਹ ਮੋਟਰਸਾਈਕਲ। ਤੁਸੀਂ ਦੇਖ ਸਕਦੇ ਹੋ ਕਿ ਬੁਲਟ ਦੇ ਕੋਲ ਖੜ੍ਹਾ, ਬੇਸ਼ੱਕ ਇਹ ਮੋਟਰਸਾਈਕਲ ਕੱਚਾ ਲੱਗਦਾ ਹੋਵੇਗਾ ਤੁਹਾਨੂੰ, 1970 ਦੇ ਵਿੱਚ ਰਾਜਦੂਤ ਕੰਪਨੀ ਵੱਲੋਂ ਇਹ ਮਾਡਲ ਤਿਆਰ ਕੀਤਾ ਗਿਆ ਸੀ ਅਤੇ ਇਸਦੇ ਸਿਰਫ 11 ਮੋਟਰਸਾਈਕਲ ਦੇਸ਼ ਦੇ ਵਿੱਚ ਵੇਚੇ ਗਏ ਸੀ। ਅਤੇ ਇਹ ਮੋਟਰਸਾਈਕਲ 1973 ਦੇ ਵਿੱਚ, ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ ਰਿਸ਼ੀ ਕਪੂਰ ਅਤੇ ਡਿੰਪਲ ਕਪਾੜੀਆ ਦੀ ਪਹਿਲੀ ਫਿਲਮ ਬੌਬੀ ਦੇ ਵਿੱਚ ਵੀ ਇਸਦਾ ਇਸਤੇਮਾਲ ਹੋਇਆ ਸੀ। ਬੌਬੀ ਫਿਲਮ ਦੇ ਵਿੱਚ ਰਿਸ਼ੀ ਕਪੂਰ ਵੱਲੋਂ ਇਹ ਮੋਟਰਸਾਈਕਲ ਚਲਾਇਆ ਗਿਆ ਸੀ, ਇਸ ਮੋਟਰਸਾਈਕਲ ਨਾਲ ਦਾ ਮਾਡਲ। ਦੂਸਰੇ ਪਾਸੇ ਦੂਸਰਾ ਮੋਟਰਸਾਈਕਲ ਜੇ ਗੱਲ ਕਰਾਂ ਤਾਂ ਸਿਨੇ ਸਟਾਰ ਵਿਨੋਦ ਖੰਨਾ ਦੇ ਕੋਲ ਵੀ
ਰਿਹਾ। 11 ਮੋਟਰਸਾਈਕਲ ਸੀ, ਪਰ ਜਦੋਂ ਇਹ ਮੋਟਰਸਾਈਕਲ ਉਸ ਵੇਲੇ ਸੜਕਾਂ 'ਤੇ ਨਿਕਲਦਾ ਸੀ ਤਾਂ ਲੋਕ ਇੱਕ ਵਾਰ ਜ਼ਰੂਰ ਇਸ ਨੂੰ ਦੇਖ ਕੇ ਖੁਸ਼ ਹੁੰਦੇ ਸੀ, ਕਿਉਂਕਿ ਉਸ ਵੇਲੇ ਇਹ ਲੋਕਾਂ ਦੀਆਂ ਅੱਖਾਂ ਦਾ ਤਾਰਾ ਮੰਨਿਆ ਗਿਆ ਸੀ ਇਹ ਮੋਟਰਸਾਈਕਲ। ਅੱਜ ਬੇਸ਼ੱਕ ਇਹ ਮੋਟਰਸਾਈਕਲ ਘੱਟ ਨਜ਼ਰ ਆਉਂਦਾ ਹੈ, ਘੱਟ ਦਿਖਾਈ ਦਿੰਦਾ ਹੈ, ਕਿਸੇ ਕਿਸੇ ਕੋਲ ਜ਼ਰੂਰ ਹੋਵੇਗਾ, ਲੇਕਿਨ ਜੇ ਗੱਲ ਕਰਾਂ ਬਟਾਲਾ ਦੇ ਨੌਜਵਾਨਾਂ ਦੀ ਤਾਂ ਉਹਨਾਂ ਨੇ ਆਪਣੇ ਪਿਤਾ ਦੀ ਇਸ ਨਿਸ਼ਾਨੀ ਨੂੰ ਅਜੇ ਵੀ ਸੰਭਾਲ ਕੇ ਰੱਖਿਆ ਹੋਇਆ ਹੈ। ਉਹਨਾਂ ਦੇ ਪਿਤਾ ਵੱਲੋਂ ਇਹ ਇਸਤੇਮਾਲ ਕੀਤਾ ਜਾਂਦਾ ਸੀ। ਪਿਤਾ ਬੇਸ਼ੱਕ ਪਿੱਛੇ ਪਿੰਡ ਦੇ ਵਿੱਚ ਰਹਿੰਦੇ ਹਨ, ਪਰ ਇਹਨਾਂ ਬੱਚਿਆਂ ਨੇ ਆਪਣੇ ਇਸ ਪਿਤਾ ਦੀ ਨਿਸ਼ਾਨੀ ਮੋਟਰਸਾਈਕਲ ਨੂੰ ਅਜੇ ਵੀ ਸੰਭਾਲਿਆ ਹੋਇਆ ਹੈ। ਇਹ ਕੇਵਲ ਮੋਟਰਸਾਈਕਲ ਹੀ ਬੋਡੀ ਦੇ ਤੌਰ 'ਤੇ ਨਹੀਂ, ਇਹ ਚੱਲਦਾ ਵੀ ਹੈ। ਸਟਾਰਟ ਕਰਦੇ ਹਨ, ਇਸ ਨੂੰ ਚਲਾਉਂਦੇ ਹਨ ਅਤੇ ਇਸ ਦੀ ਸਵਾਰੀ ਵੀ ਕਰਦੇ ਹਨ। ਇਸੇ ਕਾਰਨ ਮੈਂ ਪਹਿਲਾਂ ਕਿਹਾ ਸੀ ਕਿ ਜਿੱਥੇ ਬੁਲਟ ਮੋਟਰਸਾਈਕਲ ਅੱਜ ਕੱਲ੍ਹ ਪੰਜਾਬ ਦੀ ਨੌਜਵਾਨੀ ਦੀ ਪਹਿਲੀ ਪਸੰਦ ਹੈ, ਉੱਥੇ 1970 ਦੇ ਦਹਾਕੇ ਤੋਂ ਬਾਅਦ ਕਈ ਸਾਲ ਇਹ ਮੋਟਰਸਾਈਕਲ ਵੀ ਲੋਕਾਂ ਦੀਆਂ ਅੱਖਾਂ ਦਾ ਤਾਰਾ ਰਿਹਾ, ਕਿਉਂਕਿ 11 ਕੇਵਲ ਮੋਟਰਸਾਈਕਲ ਸਨ ਤਾਂ ਜਦੋਂ ਇਹ ਸੜਕ 'ਤੇ ਨਿਕਲਦਾ ਸੀ ਲੋਕ ਦੇਖ ਕੇ ਖੁਸ਼ ਹੁੰਦੇ ਸੀ, ਕਿਉਂਕਿ ਇੱਕ ਤਾਂ ਦੇਖਣ 'ਚ ਸੋਹਣਾ ਲੱਗਦਾ, ਇੱਕ ਕੱਦ 'ਚ ਛੋਟਾ ਹੈ, ਪਰ ਖੂਬੀ ਇਹਦੀ ਮੋਟਰਸਾਈਕਲਾਂ ਵਰਗੀ ਹੈ। ਸਾਡੇ ਨਾਲ ਇੱਥੇ ਇਸ ਦੇ ਮਾਲਕ ਖੜ੍ਹੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਨੇ। ਭਾਅ ਜੀ, ਇਹ ਮੋਟਰਸਾਈਕਲ ਮੈਨੂੰ ਦੱਸੋ ਤੁਹਾਡੇ ਕੋਲ ਕਿਵੇਂ ਆਇਆ ਅਤੇ ਕੌਣ ਇਹਨੂੰ ਚਲਾਉਂਦਾ ਰਿਹਾ? ਇਹਦੀ ਇੱਕ ਫਿਲਮ ਆਈ ਸੀ, ਹਿੰਦੀ ਫਿਲਮ, ਉਸ ਤੋਂ ਬਾਅਦ ਜਦੋਂ ਫਿਲਮ ਦੇ ਵਿੱਚ ਮੋਟਰਸਾਈਕਲ ਨੂੰ ਸਾਡੇ ਫਾਦਰ ਸਾਹਿਬ ਨੇ ਦੇਖਿਆ, ਉਸ ਤੋਂ ਬਾਅਦ ਉਹਨਾਂ ਨੂੰ ਵੀ ਹੈਗਾ ਸੀ ਕਿ ਹਾਂ ਆਪਾਂ ਇਹਦੇ ਨਾਲ ਦਾ ਜਿਹੜਾ ਮੋਟਰਸਾਈਕਲ ਹੈਗਾ ਵਾ ਆਪਾਂ ਲਿਆਉਣਾ ਮੈਂ, ਅਤੇ ਚਲੋ ਸਾਡੇ ਬਸ ਤੋਂ ਪਹਿਲੇ ਮੋਟਰਸਾਈਕਲ ਉਹ ਲੈ ਕੇ ਆਏ, ਠੀਕ ਹੈ, ਅਤੇ ਲੈ ਕੇ ਆਏ ਤਾਂ ਉਸ ਤੋਂ ਬਾਅਦ ਇਸੀ ਮੋਟਰਸਾਈਕਲ 'ਤੇ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ, ਮੇਰੇ ਫਾਦਰ ਸਾਹਿਬ ਨੂੰ ਗੌਰਮੈਂਟ ਜੋਬ ਕਰਦੇ ਸੀ, ਬਿਜਲੀ ਬੋਰਡ ਦੇ ਵਿੱਚ ਹੈੱਡ ਕੈਸ਼ੀਅਰ ਰਿਟਾਇਰ ਹੋਏ ਨੇ, ਅਤੇ ਦੋ ਸਵਾਰੀ ਉਹ ਚੱਲਦੇ ਰਹੇ ਨੇ ਉਹਨਾਂ ਦੇ ਨਾਲ ਗਨਮੈਨ, ਤਾਂ ਉਹ ਆਪ ਚੱਲਦੇ ਰਹੇ ਨੇ ਇਸੀ ਮੋਟਰਸਾਈਕਲ 'ਤੇ, ਨਿਕਲਦੇ ਰਹੇ ਨੇ, ਡਿਊਟੀ ਜਾਂਦੇ ਰਹੇ ਨੇ ਅਤੇ ਡਿਊਟੀ ਤੋਂ ਘਰ ਵਾਪਸ ਆਉਂਦੇ ਰਹੇ ਨੇ। ਇੰਨੀਆਂ ਗੱਡੀਆਂ ਹੋਣ ਦੇ ਬਾਵਜੂਦ ਸਭ ਤੋਂ ਪਸੰਦ ਉਹਨਾਂ ਦਾ ਇਹਨਾਂ ਦਾ ਹੀ ਹੈਗਾ ਸੀ, ਔਰ ਇਹ ਮੋਟਰਸਾਈਕਲ 'ਤੇ ਬਹੁਤ ਜ਼ਿਆਦਾ ਭਰੋਸਾ ਕਰਦੇ ਸੀ, ਕਦੀ ਇਹ ਮੋਟਰਸਾਈਕਲ ਰਾਹ ਦੇ ਵਿੱਚ ਖਰਾਬ ਤੱਕ ਨਹੀਂ ਹੋਇਆ, ਠੀਕ ਹੈ, ਜਿੱਦਾਂ ਯਾਨੀ ਕਿ ਘਰੋਂ ਜਾਂਦੇ ਸੀ ਉੱਦਾਂ ਹੀ ਇਹ ਮੋਟਰਸਾਈਕਲ, ਕਦੀ ਮੰਨ ਲਓ ਕਿ ਰਾਹ ਦੇ ਵਿੱਚ ਮੋਟਰਸਾਈਕਲ ਖਰਾਬ ਹੋਣ ਦਾ ਮਤਲਬ ਹੀ ਨਹੀਂ ਹੋਇਆ। ਇਹਦੀ ਮਾਈਲੇਜ ਵੀ ਬਹੁਤ ਵਧੀਆ ਵਾ, ਇਹ ਸਪੀਡ ਵੀ ਬਹੁਤ ਵਧੀਆ ਵਾ, ਠੀਕ ਹੈ, ਖਿਚਾਈ ਪਾਵਰ ਵੀ ਬਹੁਤ ਵਧੀਆ ਹੈਗਾ, ਬੋਵੀ ਇਹ ਰਾਜਦੂਤ ਕੰਪਨੀ ਦੇ GTX ਰਾਜਦੂਤ ਮੋਟਰਸਾਈਕਲ ਹੈ, ਠੀਕ ਹੈ, 175 CC ਮੋਟਰਸਾਈਕਲ ਹੈ। 1970 ਵਿੱਚ ਮਾਡਲ ਉਦੋਂ ਕੱਢਿਆ ਸੀ ਨਾ, ਅਤੇ 1973 'ਚ ਬੋਬੀ ਫਿਲਮ ਆਈ, ਉਹ 'ਚ ਇਸਤੇਮਾਲ ਹੋਇਆ। ਹਾਂਜੀ, ਇਹਦੇ ਨਾਲ ਦਾ ਮੋਟਰਸਾਈਕਲ ਜਿਹੜਾ ਨਾ ਫਿਲਮ ਦੇ ਵਿੱਚ ਇਸਤੇਮਾਲ ਹੋਇਆ ਸੀ, ਸੇਮ ਇਹੋ ਮੋਟਰਸਾਈਕਲ ਫਿਲਮ ਦੇ ਵਿੱਚ ਇਸਤੇਮਾਲ ਹੋਇਆ ਸੀ। ਮੈਂ ਦੇਖਿਆ ਹਾਲੇ ਵੀ ਚਲਾਉਂਦੇ। ਹਾਂ, ਮੋਟਰਸਾਈਕਲ ਆਪਾਂ ਬਹੁਤ ਵਧੀਆ ਤਿਆਰ ਕਰਕੇ ਰੱਖਿਆ ਵਾ, ਫਾਦਰ ਸਾਹਿਬ 2012 ਦੇ ਵਿੱਚ ਰਿਟਾਇਰ ਹੋ ਗਏ, ਉਸ ਤੋਂ ਬਾਅਦ ਖੇਤੀਬਾੜੀ ਕਰਨ ਡਿਆ ਪਏ, ਤਾਂ ਹੁਣ ਜਿਹੜਾ ਮੋਟਰਸਾਈਕਲ ਸੀ ਆਪਾਂ ਫਿਰ ਇਹਨੂੰ ਦੁਬਾਰਾ ਤਿਆਰ ਕੀਤਾ ਸਭ, ਔਰ ਤਕਰੀਬਨ ਮਹੀਨੇ 'ਚ ਇੱਕ ਵਾਰੀ ਆਪਾਂ ਇਹਨੂੰ ਕੱਢਦੇ ਹਾਂ, ਠੀਕ ਆ, ਆਪਾਂ 4 ਭਰਾ ਮੈਂ ਹਰ ਭਰਾ ਦਾ ਮੋਟਰਸਾਈਕਲ ਦਾ ਧਿਆਨ ਰੱਖਦੇ ਹਾਂ, ਠੀਕ ਹੈ। ਬੇਸ਼ੱਕ ਹੋਰ ਵੀ ਸਮਾਨ ਤੁਹਾਡੇ ਕੋਲ ਹੈਗਾ, ਗੱਡੀਆਂ ਹੈਗੀਆਂ, ਦੂਸਰੇ ਮੋਟਰਸਾਈਕਲ ਵੀ ਹੈਗੇ, ਪਰ ਇਹਨੂੰ ਨਿਸ਼ਾਨੀ ਵਜੋਂ ਸੰਭਾਲ ਕੇ ਦੇਖੋ। ਪਤਾ ਤੱਕਰ ਕੀ, ਅੱਜ ਕੱਲ੍ਹ ਦੇ ਬੱਚੇ ਜਿਹੜੇ ਨੇ ਉਹ ਸੋਚਦੇ ਆ ਕਿ ਹਾਂ ਨਵਾਂ ਮਾਡਲ ਆ ਗਿਆ ਉਹ ਆਪਾਂ ਲਿਆਈਏ, ਅਤੇ ਮੰਨ ਲਓ ਕਿ ਉਹ ਲਿਆਈਏ, ਪੁਰਾਣਾ ਮਾਡਲ ਜਿਹੜਾ ਹੈਗਾ ਕੱਢ ਦਈਏ, ਪਰ ਸਾਨੂੰ ਇਸ ਮੋਟਰਸਾਈਕਲ ਨਾਲ ਇਸ ਕਰਕੇ ਲਗਾਵ ਹੈ ਕਿ ਇਹ ਸਾਡੇ ਫਾਦਰ ਸਾਹਿਬ ਆਪ ਚਲਾ ਕੇ ਸਾਰੀ ਜ਼ਿੰਦਗੀ ਇਹਨਾਂ ਨੇ, ਯਾਨੀ ਕਿ ਇਹੋ ਮੋਟਰਸਾਈਕਲ 'ਤੇ ਨੌਕਰੀ ਕਰਕੇ ਮਤਲਬ ਰਿਟਾਇਰਮੈਂਟ ਲਈ ਉਹਨਾਂ ਨੇ। ਜਦੋਂ ਬਾਜ਼ਾਰ 'ਚ ਨਿਕਲਦੇ ਹੋ ਲੋਕ ਜਦੋਂ ਵੇਖਦੇ ਆ ਖੜ ਕੇ ਕੋਈ ਸਵਾਲ ਵਿਆ ਉਹ ਕਰਦੇ ਤੁਹਾਡੇ ਨਾਲ? ਬਿਲਕੁਲ ਕਰਦੇ ਆ ਜੀ, ਜਦੋਂ ਆਪਾਂ 10 ਮਿੰਟ ਵਾਸਤੇ ਬਾਜ਼ਾਰ ਜਾਂਦੇ ਹਾਂ ਤਾਂ ਅੱਧਾ ਘੰਟਾ, ਪੌਣਾ ਘੰਟਾ, 1 ਘੰਟਾ ਲੱਗ ਜਾਂਦਾ ਘਰ ਵਾਪਸ ਆਉਣ 'ਤੇ। ਕਿਉਂ ਲੱਗ ਜਾਂਦਾ ਕਿ ਲੋਕ ਕਹਿੰਦੇ ਕਿ ਹਾਂ ਆਪਣੇ ਫੋਟੋ ਕਰਾ ਲਈਏ ਭਾਅ ਜੀ, ਇੱਕ ਝੂੜਾ ਲੈ ਲਈਏ, ਇੱਕ ਆਪਾਂ ਕਹਿੰਦੇ ਲੈ ਲਓ ਜੀ, ਠੀਕ ਹੈ, ਤਾਂ ਕਰਕੇ ਫਿਰ ਟਾਈਮ ਲੱਗ ਜਾਂਦਾ ਵਾ। ਮੇਰੇ ਹਿਸਾਬ ਨਾਲ ਮੰਨ ਕੇ ਚੱਲੀਏ ਕਿ ਐਂਟੀਕ ਪੀਸ ਬਣ ਗਿਆ ਤੁਹਾਡੇ ਕੋਲ। ਬਿਲਕੁਲ ਐਂਟੀਕ ਪੀਸ ਹੈ ਜੀ, ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਇਸ ਕੰਡੀਸ਼ਨ ਦੇ ਵਿੱਚ ਮੋਟਰਸਾਈਕਲ ਹੋਏਗਾ ਅੱਜ ਦੇ ਰੇਟ 'ਤੇ। ਕੋਈ ਚਾਬੀ ਇਹਦੀ ਤੁਹਾਨੂੰ ਮੈਂ ਦਿਖਾਉਣਾ ਚਾਹੁੰਦਾ ਵਾਂ, ਇਹਦੀ ਚਾਬੀ ਤੁਸੀਂ ਦੇਖੋ ਮੋਟਰਸਾਈਕਲ ਦੀ, ਕਿ ਇਹ ਚਾਬੀ ਹੈ, ਇਸ ਚਾਬੀ ਨਾਲ ਸਟਾਰਟ ਹੁੰਦਾ ਹੈ, ਪਰ ਜੇ ਗੱਲ ਕੀਤੀ ਜਾਵੇ ਤਾਂ ਇਹਨਾਂ ਕੋਲ ਇੱਕ ਹੋਰ ਵੀ ਚਾਬੀ ਹੈਗੀ ਇਹਦੀ, ਇਹ ਕਿੱਲ ਹੈਗਾ, ਕਿੱਲ ਤੋਂ ਇਹ ਬਣੀ ਹੋਈ ਚਾਬੀ ਆ। ਜੇ ਕਹੋ ਤਾਂ ਆਪਣੀ ਚਾਬੀ ਨਾਲ ਵੀ ਸਟਾਰਟ ਕਰ ਲੈਂਦੇ ਨੇ ਇਸ ਨੂੰ,
ਅਤੇ ਇਹ ਸਕਿੱਲ ਨਾਲ ਵੀ ਇਹ ਸਟਾਰਟ ਹੋ ਜਾਂਦਾ ਹੈ। ਪਰ ਜੇ ਗੱਲ ਕੀਤੀ ਜਾਵੇ ਤਾਂ ਮੇਰੇ ਵਰਗਾ ਜਵਾਨ 'ਤੇ ਤਾਂ ਬੈਠਾ ਵੈਸੇ ਹੀ ਇਹ ਬੱਚਾ ਲੱਗੂਗਾ ਥੱਲੇ, ਨਹੀਂ ਲੱਗੂਗਾ, ਪਰ ਇਹ ਆਪਣੇ ਆਪ ਦੇ ਮੰਨ ਲਓ ਕਿ ਪੂਰਾ ਮਤਲਬ ਐਕੂਰੇਟ ਉਤਰੇਗਾ, ਮਤਲਬ ਕਿ ਵਜ਼ਨ ਕਿੰਨਾ ਖਿੱਚ ਲੈਂਦਾ ਹੋਏਗਾ। ਦੋ ਸਵਾਰੀ ਹੈਵੀ ਲੈ ਦਿੰਦੇ ਆ ਜੀ, ਹੈਵੀ ਦੋ ਸਵਾਰੀ, ਯਾਨੀ ਕਿ 2 ਕੁਇੰਟਲ ਤੱਕ ਸਮਝ ਲਓ ਕਿ ਬਹੁਤ ਵਧੀਆ ਤਰੀਕੇ ਦੇ ਨਾਲ। ਇਹਨੂੰ ਤੁਸੀਂ ਹਾਲੇ ਵੀ ਸੰਭਾਲ ਕੇ ਰੱਖਿਆ, ਇਹਦੀ ਮੇਨਟੇਨੈਂਸ 'ਤੇ ਕਿੰਨਾ ਖਰਚਾ ਆ ਜਾਂਦਾ? ਮੈਂਟੇਨੈਂਸ ਜੀ ਇਹ ਤਾਂ ਸਰਵਿਸ ਟਾਈਮ ਸਿਰ ਕਰਾਈਦਾ ਵਾ, ਬਾਕੀ ਹੋਰ ਤਾਂ ਕੋਈ ਇਹਦਾ ਖਾਸ ਖਰਚਾ ਨਹੀਂ ਹੈਗਾ। ਠੀਕ ਹੈ, ਸਰਵਿਸ ਇਹਦਾ ਟਾਈਮ ਟਾਈਮ ਸਿਰ ਆਪਾਂ ਕਰਾਉਂਦੇ ਹਾਂ। ਠੀਕ ਹੈ, ਤਾਂ ਮਹੀਨੇ ਦੇ ਬਾਅਦ ਆਪਾਂ ਇੱਕ ਗੇੜਾ ਇੱਥੇ ਜ਼ਰੂਰ ਲਾਉਂਦੇ ਹਾਂ ਸਾਰੇ ਭਰਾ, ਕਦੀ ਕੋਈ ਲੈ ਗਿਆ ਕਦੀ ਕੋਈ ਲੈ ਗਿਆ। ਹਾਂ, ਇਹਨਾਂ ਦੇ ਹੋਰ ਵੀ ਭਰਾ ਇੱਥੇ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਇਹੀ ਚਲਾ ਕੇ ਇੱਥੋਂ ਤੱਕ ਲਿਆਏ ਨੇ, ਇਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ। ਭਾਅ ਜੀ ਤੁਸੀਂ ਚਲਾ ਕੇ ਲਿਆਇਓ, ਕਿਸ ਤਰ੍ਹਾਂ ਦੀ ਸਵਾਰੀ ਲੱਗਦੀ ਹੈ? ਫਾਦਰ ਸਾਹਿਬ ਤੁਹਾਡੇ ਚਲਾਉਂਦੇ ਰਹੇ ਆ ਜੀ? ਜੀ ਬਈ, ਸਤਿ ਸ਼੍ਰੀ ਅਕਾਲ ਭਾਅ ਜੀ, ਸਾਰਿਆਂ ਨੂੰ ਬਹੁਤ ਵਧੀਆ ਲੱਗਦਾ ਭਾਅ ਜੀ, ਔਰ ਚਲਾਉਣ 'ਚ ਵਧੀਆ ਆ, ਪਿਕਅਪ ਵੀ ਵਧੀਆ ਆ। ਠੀਕ ਹੈ ਨਾ, ਔਰ ਇਹਨੂੰ ਸੰਭਾਲ ਕੇ ਇਸ ਕਰਕੇ ਰੱਖਿਆ ਕਿ ਫਾਦਰ ਸਾਹਿਬ ਨੇ ਉਸ ਸਮੇਂ ਦੇ ਵਿੱਚ ਆਪਣੀ ਮਿਹਨਤ ਨਾਲ ਇਹਨੂੰ ਖਰੀਦਿਆ ਸੀਗਾ, ਔਰ ਅੱਜ ਵੀ ਦੇਖੋ ਕਿ ਉੱਦਾਂ ਹੀ ਆ। ਵੱਤ ਵੱਧ ਦੇ ਟਾਇਰ ਟੱਪਾ ਹੋ ਗਿਆ, ਇੰਜਨ ਹੋ ਗਿਆ, ਜਾਂ ਕੁਝ ਵੀ ਹੋ ਜੇ, ਸਰਵਿਸ ਆਪਾਂ ਟਾਈਮ ਸਿਰ ਮਤਲਬ ਕਰਵਾ ਲੈਂਦੇ ਹਾਂ। ਔਰ ਜਦੋਂ ਲੈ ਕੇ ਨਿਕਲਦੇ ਆ ਨਾ, ਇੱਕ ਵਾਰ ਮੈਂ ਵੇਰਕੇ ਜਾ ਰਿਹਾ ਸੀ ਟੋਲ ਪਲਾਜ਼ੇ 'ਤੇ, ਉਹਨਾਂ ਨੇ ਮੈਨੂੰ ਖਿਲਾਰ ਲਿਆ, ਔਰ ਮੈਂ ਕੋਈ ਅਰਜੈਂਟ ਕੰਮ ਦੇ ਵਿੱਚ ਜਾਣਾ ਸੀਗਾ, ਅਤੇ ਮੇਰਾ ਦੂਸਰਾ ਮੋਟਰਸਾਈਕਲ ਨਾ ਪੈਂਚਰ ਹੋ ਗਿਆ ਸੀ, ਅਤੇ ਮੈਂ ਸੋਚਿਆ ਕਿ ਇਹ ਮੋਟਰਸਾਈਕਲ ਲੈ ਜਾਣਾ ਹੈ। ਔਰ ਉੱਥੇ ਵੇਰਕੇ 'ਤੇ 1 ਘੰਟਾ ਤੱਕ ਉਹਨਾਂ ਨੇ ਜਾਣ ਨਹੀਂ ਦਿੱਤਾ ਮੈਨੂੰ। ਮੈਂ ਉਹਨਾਂ ਨੂੰ ਰਿਕੁਐਸਟ ਵੀ ਕੀਤਾ ਕਿ ਮੈਂ ਜਾਣਾ, ਉਹ ਕਹਿੰਦੇ ਖੜ ਜਾਓ ਭਾਅ ਜੀ, ਫੋਟੋਆਂ ਖਿਚਾ ਲੈਂਦੋ, ਫੋਟੋਆਂ ਖਿਚਾ ਲੈਂਦੋ। ਉਹ ਫੋਟੋਆਂ ਦੇ ਚੱਕਰ ਦੇ ਵਿੱਚ ਮੇਰਾ ਮੀਟਿੰਗ ਕੈਂਸਲ ਹੋ ਗਿਆ, ਇਹੋ ਜਿਹਾ ਕੰਡੀਸ਼ਨ ਹੋ ਜਾਂਦਾ। ਇਸੇ ਕਰਕੇ ਇਹਨੂੰ ਘੱਟ ਵੱਧ ਬਾਹਰ ਕੱਢਦੇ ਹਾਂ, ਉਹ ਜਦੋਂ ਕੱਢਦੇ ਹਾਂ ਤਾਂ ਫਿਰ ਜਦੋਂ ਕੋਈ ਮਤਲਬ ਸੱਜਣ ਮੰਗ ਲਿਆ, ਜਾਂ ਫਿਰ ਉਹਨੂੰ ਨਾ ਵੀ ਨਹੀਂ ਕਰ ਸਕਦੇ ਹਾਂ, ਇਹ ਚੱਕਰ ਹੋ ਜਾਂਦਾ ਜੀ। ਜੇ ਗੱਲ ਕਰੀਏ ਤਾਂ ਫਾਦਰ ਸਾਹਿਬ ਨੂੰ ਕਦੀ ਪੁੱਛਿਆ ਵੀ ਉਸ ਵੇਲੇ ਜਦੋਂ ਇਹ ਲਿਆ ਸੀ ਕਿੰਨੀ ਕੀਮਤ ਦਾ ਲਿਆ? ਨਹੀਂ, ਇਹ ਚੀਜ਼ ਮੈਂ ਕਦੀ ਫਾਦਰ ਸਾਹਿਬ ਨੂੰ ਪੁੱਛਿਆ ਨਹੀਂ ਹੈ, ਬਸ ਇੰਨਾ ਪਤਾ ਹੈ ਕਿ ਫਾਦਰ ਸਾਹਿਬ ਦੀ ਅਮਾਨਤ ਆ। ਠੀਕ ਹੈ ਨਾ, ਔਰ ਆਪ ਇਹਨੂੰ ਵਧੀਆ ਤਰੀਕੇ ਨਾਲ ਸਾਂਭ ਕੇ ਰੱਖਦੇ ਹਾਂ, ਕਿਉਂਕਿ ਉਹਨਾਂ ਨੇ ਬਹੁਤ ਮੁਸ਼ਕਿਲ ਨਾਲ ਲਿਆ ਸੀਗਾ ਉਸ ਸਮੇਂ ਦੇ ਵਿੱਚ। ਕਦੀ ਕੋਈ ਇਹਦਾ ਗ੍ਰਾਹਕ ਵੀ ਆਇਆ ਵੀ ਸ਼ਾਇਦ ਜੇ ਤੁਸੀਂ ਵੇਚਣਾ ਚਾਹੁੰਦੇ ਸਾਨੂੰ? ਹਾਂਜੀ ਹਾਂਜੀ, ਇਹ 1-2 ਯਾਰ ਦੋਸਤ ਆਏ ਸੀਗੇ, ਉਹ ਆਪਣੇ ਕਹਿੰਦੇ ਪਏ ਕਿ ਯਾਰ ਆਹ ਲੈ ਲਓ, ਮੈਨੂੰ ਸਕਾਰਪੀਓ ਹੈਗਾ ਮੇਰੇ ਕੋਲ, ਇਹ S11 ਸੀਗਾ ਸ਼ਾਇਦ, ਉਹ ਕਹਿੰਦੇ ਕਿ ਇਹ ਯਾਰ ਤੁਸੀਂ ਲੈ ਲਓ ਤਾਂ ਆਹ ਦੇ ਦਿਓ ਮੈਨੂੰ। ਮੈਂ ਕਿਹਾ ਭਾਅ ਜੀ ਇਹਦਾ ਤਾਂ ਅਨਮੋਲ ਹੀ ਹੈਗਾ, ਮੈਂ ਨਾ ਵੇਚਣਾ ਹੈ। ਫਿਰ 1-2 ਪਾਰਟੀ ਹੋਰ ਆਏ ਸੀਗੇ, ਉਹ ਵੀ ਕਹਿੰਦੇ ਭਾਅ ਜੀ ਇਹਦਾ ਰੇਟ ਲਾਓ। ਮੈਂ ਕਿਹਾ ਭਾਅ ਜੀ ਵੇਚਣਾ ਹੀ ਨਹੀਂ ਹੈ, ਜਿਹੜੇ ਜੇ ਵੇਚਣਾ ਹੀ ਨਹੀਂ ਉਹਦਾ ਰੇਟ ਕਿਉਂ ਲਾਉਣ ਜਾਈਏ ਆਪਾਂ? ਤੁਹਾਡੇ ਵੀ ਅੱਗੋਂ ਬੱਚੇ ਹੋਣੇ, ਉਹ ਵੀ ਵੇਖ ਕੇ ਖੁਸ਼ ਹੁੰਦੇ? ਬਿਲਕੁਲ ਭਾਅ ਜੀ, ਉਹ ਬੈਠ ਕੇ ਜਾਂਦੇ ਆ। ਉਹ ਸਭ ਤੋਂ ਵੱਡੀ ਗੱਲ ਕਿ ਮੈਂ ਜਦੋਂ ਬੇਟੇ ਨੂੰ ਕਦੀ ਗੱਲ ਟਿਊਸ਼ਨ ਛੱਡਣ ਜਾਂਦਾ ਨਾ, ਇਹਦਾ ਜਿਹੜਾ ਸਿਲੈਂਸਰ ਹੈਗਾ ਨਾ, ਤੁਹਾਨੂੰ ਮੈਂ ਦਿਖਾਉਂਦਾ, ਇਹਦਾ ਸਿਲੈਂਸਰ ਅੰਦਰ ਨੂੰ ਆ। ਕੋਈ ਛੋਟਾ ਬੱਚਾ ਵੱਡਾ ਬੱਚਾ ਹੋ ਨਾ, ਕੋਈ ਵੀ ਬੈਠੂਗਾ ਨਾ, ਹੀਟ ਨਹੀਂ ਆਊਗਾ, ਔਰ ਨਾ ਹੀ ਪੈਰ ਜਲੰਦਾ, ਮਤਲਬ ਡਰੋ। ਅੱਜ ਕੱਲ੍ਹ ਜਿੱਦਾਂ ਆਪਾਂ ਬੁਲਟ 'ਤੇ ਬਹਿ ਰਹੇ ਹਾਂ, ਉਹ 'ਤੇ ਡਰ ਹੁੰਦਾ ਆ, ਮੋਟਰਸਾਈਕਲ 'ਤੇ ਬਹਿ ਰਹੇ ਹੋ ਤਾਂ ਡਰ ਹੁੰਦਾ, ਇਹ ਸਭ ਕੁਛ ਅੰਡਰਗਰਾਊਂਡ ਆ, ਦੇਖ ਲਓ। ਔਰ ਬਹੁਤ ਵਧੀਆ ਤਰੀਕੇ ਨਾਲ ਬੱਚੇ ਜਦੋਂ ਮੇਰੇ ਆਪ ਜਾਂਦੇ ਆ, ਮੈਂ ਕਹੇ ਕਿ ਮੁੜ ਕੇ ਸਕੂਲ ਛੱਡਣ ਜਾਣਾ ਆ, ਸਾਰੇ ਵੇਖਦੇ ਆ, ਸਕੂਲ ਵਾਲੇ ਵੀ ਵੇਖਦੇ, ਬੱਚੇ ਵੀ ਦੇਖਦੇ ਆ, ਕਹਿੰਦੇ ਕਿ ਇਹ ਕਿੱਥੋਂ ਲਿਆਂਦਾ? ਮੈਂ ਕਿਹਾ ਫਾਦਰ ਸਾਹਿਬ ਦਾ ਹੀ, ਫਾਦਰ ਸਾਹਿਬ ਨੇ ਲਿਆ ਸੀ, ਤਾਂ ਉਦੋਂ ਦਾ ਹੀ ਆਪਾਂ ਨੂੰ ਸੰਭਾਲ ਕੇ ਰੱਖਿਆ। ਅੱਜ ਦੇਖ ਲਓ ਟਾਇਰ ਟੱਪੇ ਸਭ ਓਕੇ ਰਿਪੋਰਟ ਆ, ਆ ਦੇਖੋ ਟਾਇਰ ਦੀਆਂ ਗੁੱਟੀਆਂ ਤੱਕ ਜਿਹੜੀਆਂ ਹੈਗੀਆਂ ਉਹ ਨਹੀਂ ਉਤਰੀਆਂ ਨੇ। ਇਹ ਮੋਟਰਸਾਈਕਲ ਇਹਨਾਂ ਦੇ ਫਾਦਰ ਸਾਹਿਬ ਦੀ ਨਿਸ਼ਾਨੀ, ਫਾਦਰ ਸਾਹਿਬ ਪਿੰਡ ਰਹਿੰਦੇ ਹਨ ਅਤੇ ਇਹ ਸ਼ਹਿਰ ਰਹਿੰਦੇ ਹਨ, ਪਰ ਇਹਨਾਂ ਨੇ ਅਜੇ ਵੀ ਆਪਣੇ ਫਾਦਰ ਸਾਹਿਬ ਦੀ ਇਸ ਨਿਸ਼ਾਨੀ ਨੂੰ ਸੰਭਾਲ ਕੇ ਰੱਖਿਆ। 1970 ਵਿੱਚ ਕੰਪਨੀ ਵੱਲੋਂ ਬਣਾਇਆ ਗਿਆ ਸੀ ਅਤੇ ਬਾਜ਼ਾਰ 'ਚ ਵੇਚਣ ਲਈ ਕੱਢਿਆ ਗਿਆ ਸੀ, ਅਤੇ ਉਸ ਤੋਂ ਬਾਅਦ ਹੀ ਇਹਨਾਂ ਦੇ ਫਾਦਰ ਜੋ ਕਿ ਸਰਕਾਰੀ ਨੌਕਰੀ ਕਰਦੇ ਸੀ, ਉਹਨਾਂ ਦੇ ਵੱਲੋਂ ਆਪਣੀ ਡਿਊਟੀ 'ਤੇ ਆਉਣ ਜਾਣ ਲਈ ਇਹਨੂੰ ਖਰੀਦਿਆ ਸੀ, ਪਰ ਬੱਚਿਆਂ ਨੇ ਹਾਲੇ ਵੀ ਸੰਭਾਲ ਕੇ ਰੱਖਿਆ ਹੈ। ਮੈਂ ਇਹ ਤਸਵੀਰ ਦਿਖਾਉਣੀ ਜ਼ਰੂਰ ਤੁਹਾਨੂੰ ਸਮਝਿਆ ਇਸ ਕਰਕੇ ਜ਼ਰੂਰੀ ਕਿਉਂਕਿ ਅੱਜ ਕੱਲ੍ਹ ਇਸ ਤਰ੍ਹਾਂ ਦੇ ਮੋਟਰਸਾਈਕਲ ਘੱਟ ਹੀ ਦੇਖਣ ਨੂੰ ਮਿਲਦੇ ਹਨ। ਜਿੱਥੇ ਹੋਰ ਨਵੇਂ ਨਵੇਂ ਮਾਡਲਾਂ ਦੇ ਮੋਟਰਸਾਈਕਲ ਆ ਚੁੱਕੇ ਹਨ, ਉੱਥੇ ਇਹ ਮੋਟਰਸਾਈਕਲ ਨਜ਼ਰ ਨਹੀਂ ਆਉਂਦਾ, ਪਰ ਅੱਜ ਵੀ ਜਦੋਂ ਇਹ ਮੋਟਰਸਾਈਕਲ ਸੜਕ 'ਤੇ ਨਿਕਲਦਾ ਹੈ ਤਾਂ ਜ਼ਰੂਰ ਲੋਕਾਂ ਦੀ ਖਿੱਚ ਦਾ ਕੇਂਦਰ ਬਣਦਾ ਹੈ, ਕਿਉਂਕਿ 11 ਹੀ ਮਾਡਲ ਸਨ ਇਸ ਕੰਪਨੀ ਵੱਲੋਂ ਕੱਢੇ ਗਏ, ਜਿਨ੍ਹਾਂ ਦੇ ਵਿੱਚੋਂ ਇੱਕ ਮਾਡਲ ਦਾ ਇਸਤੇਮਾਲ ਜਿਹੜਾ ਹੈ ਉਹ ਬੌਬੀ ਫਿਲਮ 'ਚ ਵੀ ਕੀਤਾ ਗਿਆ, ਅਤੇ ਇੱਕ ਮਾਡਲ ਵਿਨੋਦ ਖੰਨਾ ਨੇ ਵੀ ਖਰੀਦਿਆ ਸੀ। ਤਾਂ ਅੱਜ ਵੀ
ਇਹਨਾਂ ਬੱਚਿਆਂ ਵੱਲੋਂ ਆਪਣੇ ਪਿਤਾ ਦੀ ਇਸ ਨਿਸ਼ਾਨੀ ਨੂੰ ਸੰਭਾਲ ਕੇ ਰੱਖਿਆ ਹੋਇਆ ਅਤੇ ਸੜਕ ਉੱਤੇ ਇਹਨਾਂ ਵੱਲੋਂ ਚਲਾਇਆ ਵੀ ਜਾਂਦਾ ਹੈ। ਕਹਿੰਦੇ ਹਨ ਕਿ ਕਈ ਗ੍ਰਾਹਕ ਆਏ ਪਰ ਇਹਨੂੰ ਨਹੀਂ ਵੇਚਣਾ ਕਿਉਂਕਿ ਇਹ ਨਿਸ਼ਾਨੀ ਹੈ। ਜਦੋਂ ਨਿਕਲਦੇ ਹਾਂ ਤਾਂ ਸਾਨੂੰ ਵੀ ਗਰਵ ਮਹਿਸੂਸ ਹੁੰਦਾ ਹੈ ਜਦੋਂ ਲੋਕ ਖੜ ਖੜ ਕੇ ਇਹਦੇ ਨਾਲ ਫੋਟੋਆਂ ਖਿਚਵਾਉਂਦੇ ਹਨ। ਕੈਮਰਾ ਪਰਸਨ ਲਵਪ੍ਰੀਤ ਦੇ ਨਾਲ ਭੋਪਾਲ ਸਿੰਘ, ਪੰਜਾਬ ਨਿਊਜ਼, ਬਟਾਲਾ।